ਤੁਹਾਨੂੰ ਪਹਿਲੇ ਆਪਣਾ ਜ਼ਰਾ ਚਾਹੀਏ ਹੋਵੇ ਸੀ M1T ਮਾਈਨਸ M1 M2 ਜੀ ਬਰਾਬਰ ਹੈ। ਤਰਤੀਬ ਨਾਲ ਪਹਿਲੇ M1 ਲਿਖੋ, M2 ਜੀ ਮਾਈਨਸ ਕੀ ਹੋਵੇ ਸੀ M2 ਠੀਕ ਹੈ। ਇਹਨਾਂ ਨੂੰ ਹੁਣ ਜ਼ਰਬ ਦੇ ਲਈਏ, ਹੁਣ ਟੀ ਵਾਲੇ ਇੱਕ ਸਾਈਡ 'ਤੇ ਅਤੇ ਜਿਹਨਾਂ ਦਿਨ MG ਵਾਲੇ ਜਿਹੜੇ ਇਹਨਾਂ ਨੂੰ ਕੀ ਕਰਨਾ ਇੱਕ ਸਾਈਡ ਦੇ ਰੱਖਣਾ ਇਕੱਠੇ ਇਹਨਾਂ ਦੇ ਰਕਮਾਂ ਦੇ ਇਹ ਦੇਖੋ ਇੱਥੇ ਕੀ ਕੀ ਹੁੰਦਾ ਹੈ ਮਾਈਨਸ ਨਾ ਇਹਦੇ ਆਉਣ 'ਤੇ ਜਮਾ ਯਾਨੀ M1 T ਜਮਾ ਇਹਦੇ ਵਿੱਚੋਂ ਟੀ ਲੈ ਲੈਣਾ ਮੁਸ਼ਤਰਕ ਪਿੱਛੇ ਹੋਵੇ ਸੀ M1 ਜਮਾ M2 ਬਰਾਬਰ ਹੈ। ਇਹਨਾਂ ਨੂੰ ਜਮ੍ਹਾਂ ਕਰੋ, ਇਹਦਾ ਮਤਲਬ ਕਿ ਇੱਕ ਆਏ ਅਤੇ ਇੱਕ ਆਏ, ਇਹਨੂੰ ਕੀ ਲਿਖਸਾ ਹੈ 2 M1 M2 ਜੀ। ਹੁਣ ਸਰ ਕੀਮਤ ਕਿਹਦੀ ਲੈਣੀ ਹੈ? 2 ਦੀ, ਟੀ ਦੀ ਲੈਣੀ ਹੈ ਠੀਕ ਹੈ। ਟੀ ਦੀ ਕੀਮਤ ਲੈਣੀ ਹੈ, ਟੀ ਦੇ ਨਾਲ ਇਹ ਰਕਮ ਕੀ ਪਈ ਹੁੰਦੀ ਹੈ ਜ਼ਰਾ ਦੂਏ ਬਣੇ ਆਉਣ 'ਤੇ ਕੀ ਹੋਇਆ ਸੀ ਤਕਸੀਮ, ਤਾਂ ਟੀ ਕਿਹਦੇ ਬਰਾਬਰ ਹੈ 2 M1 M2 ਜੀ ਵੱਟਾ M1 ਜਮਾ M2 ਇਹ ਟੈਨਸ਼ਨ ਲੈ ਕੇ ਨੋਟ ਕਰੋ।